ਮਾਲਵਿਆ ਜੀ ਸਾਡੇ ਇੱਥੇ ਸਰਹੱਦੀ ਏਰੀਏ ਵਿੱਚ ਆਏ ਸੀਗੇ ਔਰ ਉਹਨਾਂ ਨੇ ਇਹ ਗਰੰਟੀ ਦਿੱਤੀ ਸੀ ਕਿ ਸਰਹੱਦੀ ਏਰੀਏ ਦੇ ਵਿੱਚ ਜਿਹੜੀ ਹੈ ਇੱਕ ਯੂਨੀਵਰਸਿਟੀ ਤਿਆਰ ਕੀਤੀ ਜਾਵੇਗੀ। ਮੈਂ ਸਾਡੇ CM ਸਰਦਾਰ ਭਗਵੰਤ ਮਾਨ ਜੀ ਜਿਹੜੇ ਨੇ ਉਹ ਕੁਲਦੀਪ ਸਿੰਘ ਜੀ ਧਾਲੀਵਾਲ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਜੀ ਨੂੰ ਇਹ ਜ਼ਿੰਮਾ ਸੌਂਪਣਗੇ ਔਰ ਬਹੁਤ ਜਲਦੀ ਜਿਹੜੀ ਇਹ ਯੂਨੀਵਰਸਿਟੀ ਹੈ ਸਰਹੱਦੀ ਏਰੀਏ ਦੇ ਵਿੱਚ ਤਿਆਰ ਕੀਤੀ ਜਾਵੇਗੀ ਤਾਂ ਜੋ ਸਾਡੇ ਇਸ ਏਰੀਏ ਦੇ ਬੱਚੇ ਨੇ ਗਰਲਸ ਨੇ ਬੋਇਜ਼ ਨੇ ਚੰਗਾ ਪੜ੍ਹ ਲਿਖ ਕੇ ਆਪਣਾ ਐਜੂਕੇਸ਼ਨ ਦਾ ਮਿਆਰ ਉੱਚਾ ਚੁੱਕ ਸਕਣ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਅਕਾਲ ਖਾਲਸਾ ਨੂੰ ਦੇ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਅੱਜ ਪਹੁੰਚੇ ਹਾਂ ਤਹਿਸੀਲ ਅਜਨਾਲਾ ਸਰਹੱਦੀ, ਤਹਿਸੀਲ ਅਜਨਾਲਾ ਦੇ ਪਿੰਡ ਸਾਰੰਗਦੇਵ। ਡਾਕਟਰ ਬਲਦੇਵ ਸਿੰਘ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ SC ਵਿੰਗ ਦੇ ਪ੍ਰਧਾਨ ਹੈ। ਹਾਂਜੀ, ਫਤਿਹ ਦੀ ਅਰਜ਼ੀ ਗੁਜ਼ਾਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਲਦੇਵ ਸਿੰਘ ਜੀ, ਆਪਣੇ ਆਮ ਆਦਮੀ ਪਾਰਟੀ ਜਿਹੜੇ ਕੁਝ ਵਾਅਦੇ ਉਹਨਾਂ ਨੇ ਕੀਤੇ ਸੀ ਉਹ ਹੁਣ ਥੋੜ੍ਹੇ ਥੋੜ੍ਹੇ ਪੂਰੇ ਕਰ ਰਹੇ ਨੇ। ਉਹਨਾਂ ਨੇ ਹੁਣ 300 ਯੂਨਿਟ ਵੀ ਮਾਫ਼ ਕਰ ਦਿੱਤਾ ਕਿ ਤੁਸੀਂ SC ਵਿੰਗ ਨੂੰ ਕੁਛ ਸਮਝਾ ਕੀਤਾ ਗਿਆ? ਹਾਂ, ਸਭ ਤੋਂ ਪਹਿਲਾਂ ਤਾਂ ਸੁੱਖ ਜੀ ਮੈਂ ਤੁਹਾਡੇ ਚੈਨਲ ਦੇ ਅਕਾਲ ਖਾਲਸਾ ਨਿਊਜ਼ ਦੇ ਜ਼ਰੀਏ ਸਭ ਨੂੰ ਸਤਿ ਸ਼੍ਰੀ ਅਕਾਲ ਕਰਦਾ ਅਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਗ੍ਰਹਿ ਵਿਖੇ ਆਏ ਜੇ। ਇਸ ਤਰ੍ਹਾਂ ਵੀ ਵੇਖੋ, ਅਸੀਂ ਸਾਰੇ ਜਾਣਦੇ ਹਾਂ ਕਿ ਰਵਾਇਤੀ 1x1 ਸਰਕਾਰਾਂ ਆਈਆਂ, ਉਹ ਵਾਅਦੇ ਕਰਦੀਆਂ ਸੀ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਸੀ ਕਰਦੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ CM ਭਗਵੰਤ ਮਾਨ ਜੀ ਨੇ ਉਹ ਇੱਕਦਮ ਐਕਸ਼ਨ ਮੂਡ ਵਿੱਚ ਨੇ। ਔਰ ਵੇਖੋ ਜੀ, ਇੱਕ ਮਹੀਨੇ ਦੀ ਸਰਕਾਰ ਵੀ ਨਹੀਂ ਹੋਈ ਤਾਂ ਕਿੰਨੇ ਹੀ ਕੰਮ ਜਿਹੜੇ ਨੇ ਉਹ ਮਾਨ ਸਾਹਿਬ ਨੇ ਕਰ ਦਿੱਤੇ ਨੇ। ਉਹਦੇ ਵਿੱਚ ਚਾਹੇ 1 ਅਰਬ ਅਤੇ 1 ਕਰੋੜ ਦਾ ਜਿਹੜਾ ਮੁਆਵਜ਼ਾ ਸੀ ਕਪਾਹ ਦਾ ਉਹ ਦੇ ਦਿੱਤਾ, ਬਿਜਲੀ ਦਾ 300 ਯੂਨਿਟ ਕੱਲ੍ਹ ਦਾ ਤੁਸੀਂ ਜਾਣਦੇ ਜੇ ਕਿ ਮਾਫ਼ ਕਰ ਦਿੱਤਾ, ਐਲਾਨ ਕਰ ਦਿੱਤਾ ਗਿਆ। ਯਾਨੀ ਕਿ 1x1 ਸਾਰੇ ਵੱਧ ਜਿਹੜੇ ਆ ਸਾਰੀਆਂ ਗਰੰਟੀਆਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾ ਰਹੀਆਂ। ਇੱਕ ਬਲਦੇਵ ਸਿੰਘ ਜੀ, ਗੱਲ ਇੱਕ ਹੋਰ ਬੜੀ ਚੱਲ ਰਹੀ ਆ ਵੀ ਆਮ ਆਦਮੀ ਪਾਰਟੀ, ਜੇ ਤੁਸੀਂ ਮੰਨੋ ਤੁਸੀਂ ਵੀ ਜ਼ੋਰ ਲਾਇਆ, ਸਾਰਿਆਂ ਨੇ ਜ਼ੋਰ ਲਾਇਆ ਵੀ ਅੱਜ ਅਸੀਂ ਸਾਰੇ ਹੈਗੇ ਹਾਂ ਬੰਦੇ ਆਮ ਆਦਮੀ ਪਾਰਟੀ ਦੇ ਵਿੱਚ ਬੰਦੇ, ਤੁਸੀਂ ਮਤਲਬ ਕਿ ਆਪ ਭਾਈਚਾਰਾ ਇਕੱਠਾ ਸੀ। ਹੁਣ ਜਿਹੜੇ ਅਕਾਲੀ ਦਲ ਕਾਂਗਰਸ ਜਿਹੜੇ ਉਹਨਾਂ ਨੂੰ ਜਾ ਕੇ ਮਿਲ ਰਹੇ ਨੇ, ਕੀ ਉਹਨਾਂ ਦਾ ਵੀ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਜੀ ਉਹਨਾਂ ਬਾਰੇ ਵੀ ਸੋਚਣਗੇ ਕੁਛ? ਹਾਂ ਬਿਲਕੁਲ ਜੀ, ਦੇਖੋ ਸੁੱਖ ਜੀ, ਇਹ ਬੜਾ ਵੱਡਾ ਮੁੱਦਾ ਕਿ ਅਕਾਲੀ ਕਾਂਗਰਸ ਜਿਹੜੇ ਸਾਡੇ ਭਰਾ ਨੇ, ਸਾਡੇ ਮਾਨ ਸਾਹਿਬ CM ਸਾਹਿਬ ਦਾ ਇੱਕ ਨਾਰਾ ਹੈ ਕਿ ਅਸੀਂ ਸਾਰੇ ਇੱਕ ਹਾਂ, ਕੋਈ ਅਕਾਲੀ ਕੋਈ ਕਾਂਗਰਸ ਨਹੀਂ ਹੈ। ਪਰ ਇਸ ਚੀਜ਼ ਦਾ ਜਿਹੜਾ ਫਾਇਦਾ ਨਾ ਕੁਝ ਸ਼ਰਾਰਤੀ ਲੋਕ ਜਿਹੜੇ ਨੇ ਗਲਤ ਉਠਾ ਰਹੇ ਨੇ। ਹੁਣ ਜੇ ਸਤਿਕਾਰਯੋਗ ਕੈਬਨਿਟ ਮੰਤਰੀ ਧਾਲੀਵਾਲ ਸਾਹਿਬ ਦੀ ਗੱਲ ਕਰੀਏ ਤਾਂ ਵੇਖੋ, ਉਹਨਾਂ ਨੇ ਸੁੱਖ ਜੀ ਕਿਸੇ ਨੂੰ ਮਨਾ ਥੋੜ੍ਹੀ ਕਰਨਾ, ਜਿਹੜਾ ਮਰਜ਼ੀ ਉਹਨਾਂ ਨੂੰ ਜਾ ਕੇ ਮਿਲ ਸਕਦਾ। ਪਰ ਮੈਂ ਤੁਹਾਡੇ ਚੈਨਲ ਜ਼ਰੀਏ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸਾਡੇ ਅਕਾਲੀ ਜਾਂ ਕਾਂਗਰਸ ਭਰਾ ਕਾਲੇ ਪੈ ਰਹੇ ਨੇ ਕਿ ਜਿਵੇਂ ਸਾਡੀ ਅਕਾਲੀ ਕਾਂਗਰਸ ਦੇ ਵੇਲੇ ਬੱਲੇ ਬੱਲੇ ਹੁੰਦੀ ਸੀ, ਲੋਕ ਭੱਜ ਭੱਜ ਕੇ ਅਤੇ ਪੁੱਠੇ ਸਿੱਧੇ ਕੰਮ ਕਰਾਉਂਦੇ ਸੀ, ਉਹ ਹੋਣੇ ਨਹੀਂ।